per davvero Guruternal, Ispagnanala, Areden de Kirtre, Karki, Saradin de Dipogien, Atihon, Guru de Jarna Vijayaki, Kuj, Apne Apte Nali, अपने दिल से रूप नाम क्योंकि जरा अपना निज स्वरूप है वो ही परमात्मा है वो ही गुरु है उस दिन हम कुछ तल कुछ कड़िया इस सजे हुए दीवान में उस अपने ही अंदर बस के परमेश्वर नाथ लाभ हो जाए भावे एक क्षण मात्र भी हो गए वो भी बहुत कीर्तन गुरु दस गुरु इतिहास श्रवण कर रहे से गुरु स्वारे पास रहे क्या श्रद्धा नाम सो सतगुरु गुरु अर्जुन देव महाराज जी का पावन शब्द इन पवित्र वचनों में कोशिश करेंगे सतगुरु गुरु अर्जन देव महाराज कृपा करते हैं बेनती का शब्द है इस दिन पाव बनाने की लड़ है फीलिंग जिन्होंने इंग्लिश में कहते हैं फीलिंग Feeling from the heart. We won't just sing from the mouth, we will sing from the heart. With the feeling, with the love. Satguru Kripa Karde Ne Milo Pyare Jiya. Inna Vich, Koi बुद्धि वास्ते बहुता कुछ नहीं इन्हों शब्दों प्यार का हिरदा चाहिए है मिलो प्यारे जी सीधिया गल कोई बहुती कथा की भी बोल नहीं हे निरंकार ए प्यारे मेरे जिया कृपा करके मिलो जो सतगुरु कहते मिलो प्यारे जियो उस एक हेल्पलेसनेस एक असहाय अवस्था महसूस होती है क्योंकि नॉर्मली असं की करते हैं असं आप कोशिश करते हैं मिलने की जा किसी को भी मिलना हो आप कोशिश कर रहे हैं वो जो कोई बीमार हो जाए बुजुर्गी आ जाए ना चल फिर सकता हो ना मिलन जान की अवस्था में होदों से किसी को फोन करके मैसेज दे के चिट्ठी पत्र दे के आखते हैं कि मिल जाए क्योंकि मैं नहीं आ सकता इस तरह की भावना इस तरह की सेंस महसूस होती है इस शब्द कि असी तो मिल नहीं सकते कृपा करके तुम ही मिलो क्योंकि तुम मिलने के समर्थ हो ये सब कुछ आप का ही किया हुआ चल रहा है मैं तो जन्म जन्मात्रा का प्रबंध करनिया होया हूँ कभी दुख में सभी सुख में सार बार दुखों का मालिक होया अनेक जन्मां जन्मांतरां का भरिया होया मेरी बुद्धि स्थिर नहीं मेरा मन स्थिर नहीं मेरी सोच स्थिर नहीं मेरा प्रेम भी स्थिर नहीं ये डोलता है अनेक जन्म बहुत जोनी भरने बहुत बहुत दुख पाया
ਅਨੇਕਾਂ ਜਨਮਾਂ ਦੇ ਵਿੱਚ ਪਰਮਿਆ ਹਾਂ, ਉਹ ਜਨਮਾਂ ਜਨਮਾਂਤਰਾਂ ਦੀ ਮਹਿਲ ਹੈ, ਸਭ ਕੁਛ ਅੰਦਰ ਹੈ, ਪਰ ਤੁਹਾਡੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਹੁਣ ਕਿਰਪਾ ਹੋ ਗਈ ਮਨੁੱਖਾ ਦੇ ਹੀ ਮਿਲ ਗਈ। ਇਹ ਇੱਕ ਦੁਆਰ ਹੈ ਪਰਮਾਤਮਾ ਨੂੰ ਪਾਉਣ ਦਾ, ਇੱਕੋ ਇੱਕ ਦੁਆਰ ਹੈ ਮਨੁੱਖਾ ਦੇ ਹੀ, ਇੱਕ ਗੋਲਡਨ ਚਾਂਸ ਹੈ ਦੈਟ ਵੀ ਕੈਨ ਮੀਟ ਡਿਵਾਈਨ, ਵੀ ਕੈਨ ਐਮਰਜ ਇਨ ਟੂ ਐਗਜ਼ਿਸਟੈਂਸ। ਗੋਡ, ਤੁਹਾਡੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਹੁਣ ਇਹ ਮਨੁੱਖਾ ਦੇ ਹੀ ਅੰਦਰ ਗਈ, ਪਰ ਇਹ ਦਰਸ਼ਨਾਂ ਤੋਂ ਬਿਨਾਂ ਬਣ ਨਹੀਂ ਹੈ, ਦਰਸ਼ਨਾਂ ਤੋਂ ਬਿਨਾਂ ਇਹ ਦੇਹੀ ਮਿੱਟੀ ਹੈ। ਕਿਰਪਾ ਕਰਕੇ ਇਸ ਦੇ ਵਿੱਚ ਦਰਸ਼ਨ ਵੀ ਦਿਓ, ਇੰਨੀ ਕੁ ਕਿਰਪਾ ਕਰ ਦਿੱਤੀ ਕਿ ਨਰ ਨਰਾਇਣੀ ਦੇਹ ਮਿਲ ਗਈ ਹੈ ਅਤੇ ਹੁਣ ਦਰਸ਼ਨ ਵੀ ਦਿਓ, ਤਾਂ ਕਿ ਇਹ ਜਨਮ ਸਫਲ ਹੋ ਜਾਵੇ। ਪਿੱਛੇ ਪਾਸਟ ਵਿੱਚ ਜੋ ਵੀ ਹੋਇਆ ਭੂਤਕਾਲ ਵਿੱਚ ਜੋ ਵੀ ਹੋਇਆ ਉਹ ਤੇਰੇ ਬਾਣੀ ਵਿੱਚ ਹੀ ਹੋਇਆ, ਕਿਸੇ ਨੇ ਕੁਝ ਨਹੀਂ ਕੀਤਾ। ਅਗਰ ਮੈਨੂੰ ਦੁੱਖ ਮਿਲਿਆ ਤਾਂ ਮੇਰੇ ਆਪਣੇ ਹੀ ਕਰਮ ਹੋਣਗੇ ਅਤੇ ਤੁਸੀਂ ਉਸ ਦਾ ਮੈਨੂੰ ਦਿੱਤਾ। ਤੁਮਰੇ ਭਾਣੇ ਭਰਮ ਮੋਹੇ ਮੋਹਿਆ ਜਾਵੇ ਨਾਹੀਂ ਸੁੱਤਾ, ਭਰਮਾਂ ਦੇ ਵਿੱਚ ਮੋਹ ਦੇ ਵਿੱਚ ਮੋਹਿਆ ਰਹਿਆ ਅਤੇ ਸੁੱਤਾ ਹੋਇਆ ਸਾਂ, ਜਾਗਿਆ ਨਹੀਂ, ਹੁਣ ਤੱਕ ਨਹੀਂ ਜਾਗਿਆ, ਸੁੱਤਾ ਹੋਇਆ ਹੁਣ ਮੋਹ ਮਾਇਆ ਦੇ ਵਿੱਚ। ਬਿਨਾਂ ਸੁਣੋ ਤੋਂ ਪ੍ਰਾਣ ਦਾ ਪਿਆਰੇ ਹੇ ਪ੍ਰਾਣਾਂ ਦੇ ਪ੍ਰਤੀ ਹੇ ਮੇਰੇ ਮਾਲਕ, ਕਿਰਪਾ ਕਰਕੇ ਮੇਰੀ ਬੇਨਤੀ ਸੁਣੋ, ਰਾਖ ਦੇ ਹੋ ਪਿਤਾ ਪ੍ਰਭ ਮੇਰੇ, ਅਨਾਥ ਹੈ ਭਾਰਤ, ਅਨਾਥ ਅਸੀਂ ਉਸਨੂੰ ਆਖਦੇ ਹਾਂ ਜਿਸਦਾ ਨਾ ਕੋਈ ਮਾਤਾ ਪਿਤਾ, ਨਾ ਕੋਈ ਭੈਣ ਭਰਾ, ਨਾ ਕੋਈ ਰਿਸ਼ਤੇਦਾਰ, ਜੋ ਇਸ ਸੰਸਾਰ ਵਿੱਚ ਸਿਰਫ ਇਕੱਲਾ ਰਹਿ ਜਾਵੇ ਉਸਨੂੰ ਅਨਾਥ ਆਖਿਆ ਜਾਂਦਾ, ਸੋ ਫਿਰ ਉਸਨੂੰ ਅਨਾਥ ਆਸ਼ਰਮ ਦੇ ਵਿੱਚ ਛੱਡਿਆ ਜਾਂਦਾ। ਇਸ ਕੰਟਰੀ ਵਿੱਚ ਵੀ ਪਹੁੰਚਦੇ ਐਸੇ, ਸੋ ਰਾਖ ਦੇ ਹੋ ਸਾਹਿਬ ਕਹਿੰਦੇ ਨੇ ਕੁਛ ਨਹੀਂ, ਕੋਈ ਨਹੀਂ ਮੇਰਾ, ਮੈਂ ਤਾਂ ਸਿਰਫ ਇਕੱਲਾ ਹੀ ਹਾਂ, ਮੈਂ ਅਨਾਥ ਹਾਂ, ਮੈਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਓ। ਵਿਸ਼ਨੂੰ ਤੁਮੇ ਦਿਖਾਇਓ ਦਰਸ਼ਨ, ਬਹੁਤ ਵੱਡੀ ਬਾਤ ਗੱਲ ਕਰ ਰਹੇ ਹਨ ਗੁਰੂ ਅਰਜਨ ਦੇਵ, ਸਾਧ ਸੰਗਤ ਕਹਿ ਪਾਤਸ਼ਾਹ ਜਿਨ੍ਹਾਂ ਨੇ ਪਾ ਲਿਆ, ਜਿਨ੍ਹਾਂ ਨੇ ਉਹ ਮੰਜ਼ਿਲ ਉਹ ਅਵਸਥਾ ਨੂੰ ਪਾ ਲਿਆ ਹੈ, ਜਿਨ੍ਹਾਂ ਨੇ ਦਰਸ਼ਨ ਪਾ ਲਏ ਹਨ। ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਹਨ ਮੈਨੂੰ ਉਹਨਾਂ ਦੀ ਚਰਨ ਧੂਲ ਬਖਸ਼ ਦਿਓ। ਸਾਧ ਸੰਗਤ ਅਸੀਂ ਕਦੇ ਫੀਲ ਨਹੀਂ ਕਰਕੇ ਵੇਖਿਆ ਹੋਏਗਾ, ਜਿਸ ਭਾਵਨਾ ਦੇ ਥਰੂ ਸਾਨੂੰ ਗੁਰੂ ਅਰਜਨ ਦੇਵ ਲਿਜਾ ਰਹੇ ਨੇ, ਪੜ੍ਹਦੇ ਤਾਂ ਹਾਂ ਪਰ ਉਸਨੂੰ ਫੀਲ ਨਹੀਂ ਕਰਦੇ ਕਿ ਸਤਿਗੁਰੂ ਕਿਸ ਭਾਵਨਾ ਕਿਸ ਭਾਵ ਦੇ ਥਰੂ ਸਾਨੂੰ ਲਿਜਾ ਰਹੇ। ਅਸੀਂ ਬਹੁਤ ਹੀ ਵਾਰਤਾਂ ਗਿਣਤੀਆਂ ਪੂਰੀਆਂ ਕਰਦੇ ਹਾਂ ਅਤੇ ਮਨ ਨੂੰ ਇਹ ਹੰਕਾਰ ਦਾ ਇੱਕ ਬਹਾਨਾ ਬਣ ਜਾਂਦਾ ਹੈ, ਮੈਂ ਇੰਨੀਆਂ ਬਾਣੀਆਂ ਪੜ੍ਹ ਲਈਆਂ, ਪਰ ਜੋ ਐਕਚੁਅਲ ਫੀਲਿੰਗ ਹੈ ਜਿਸ ਨੂੰ ਤੁਸੀਂ ਦਿਖਾਇਓ ਦਰਸ਼ਨ ਸਾਧ ਸੰਗਤ ਕੇ ਪਾਤਸ਼ਾਹ, ਇਹ ਦੋ ਪੰਕਤੀਆਂ ਨੂੰ ਹੀ ਅਮਲੀ ਜੀਵਨ ਸਾਰਾ ਜੀਵਨ ਦਾ ਦਿੱਤਾ ਜਾਏ ਅਤੇ ਜਨ ਸੰਭਾ ਜਿਸ ਨੂੰ ਤੁਸੀਂ ਦਿਖਾਇਓ ਦਰਸ਼ਨ ਸਾਧ ਕਹਿੰਦੇ ਨੇ ਜਿਨ੍ਹਾਂ ਨੂੰ ਪਾ ਲਿਆ, ਜਿਨ੍ਹਾਂ ਨੇ ਦਰਸ਼ਨ ਕਰ ਲਏ ਹਨ, ਜਿਨ੍ਹਾਂ ਨੂੰ ਪਾ ਲਿਆ ਹੈ ਗੁਰੂ ਦੀ ਸੰਗਤ ਦੇ ਕਰਕੇ, ਸਾਧ ਕਹਿੰਦੇ ਨੇ ਉਹਨਾਂ ਦੀ ਚਰਨ ਧੂੜ ਬਖਸ਼ ਦਿਓ। ਸੁੱਖ ਨਾਨਕ ਹੀ ਬਾਦਸ਼ਾਹ, ਇਹੋ ਹੀ ਸੁੱਖ ਮੰਨਦਾ ਹੈ। ਆਓ ਇਹਨਾਂ ਪੰਕਤੀਆਂ ਨੂੰ ਹਿਰਦੇ ਦੇ ਵਿੱਚੋਂ ਗਾਉਣਾ, ਹਿਰਦੇ ਦੇ ਵਿੱਚ ਵਸਾਉਣਾ ਹੈ। ਇਹ ਵਾਰ ਵਾਰ ਆਪਾਂ ਇਸ ਕਰਕੇ ਗਾਉਂਦੇ ਹਾਂ, ਅਸੀਂ ਇਤਨੇ ਅਜੇ ਅਵੇਅਰ ਨਹੀਂ, ਇਤਨੇ ਸਾਵਧਾਨ ਨਹੀਂ ਕਿ ਇੱਕੋ ਵਾਰ ਗਾਏ ਅਤੇ ਆਪਾਂ ਨੂੰ ਮਨ ਵਿੱਚ ਵੱਸ ਜਾਏ। ਆਪਾਂ ਨੂੰ ਵਾਰ ਵਾਰ ਇਸ ਕਰਕੇ ਗਾਉਣਾ ਪੈਂਦਾ ਹੈ ਸ਼ਬਦ ਦੇ ਵਿੱਚ,
कि कभी तें ये शब्द हृदय में दर्ज करेंगे अपने दिल के हृदय भाव चुकर के दर्ज करेंगे प्यार जगेगा सो ये यही अभ्यास है यही मंजिल है इसे संगत दे विच बैठिया बैठिया अभ्यास कर दिया अभ्यास कर दिया करते हैं जदों की कभी गुरु का प्यार जागिया तो मंजिल भी अच्छी आता सो अपने से कृपा करना वो साढ़े से भी थोड़ी बहुती हो जाएगी अपने हिरदे जाने की कोशिश करना उसके लिए अगर तुम नेत्र अपने बंद रखोगे तो सहायता मिलेगी क्योंकि सुरती का आना जाना जिन्हें नेत्रा के नाल है उन्होंने होर किसी दरवाजे के नाल नहीं नेत्रा के नाल साड़ी सुरती बहुत ज़्यादा बाहर खिदड़ती है एकदम आम अजासी गुरमुखा भी पता है कि जो कि असी गुरु के चरणों क्योंकि मार्ग सुरती का है उल्टी नज़र करनी पड़ती है बाहर देखने की बजाय उस शब्द को गुरु के बचनों में अंदर ले जाने की कोशिश करनी Oh.
I'm not.
de nosso nome. De nosso nome. Tamo pronto Kirpani de Dayana. Yeah.
você é meredita. De nosso amor, comprando a I'm gonna make it.
जोनी अपने कत की माई बाप कत के हमने कत की माई बाप कत के अग्न बिंब जल इतर निपजे काहे कम मेरे साहिबा मेरे साहिबा मेरे मेरे साहिबा
जीने केते पशु को पाए केते नाग कुनी में आए केते पंख उड़ाए हट पटन बिच मंदर पन्ने कर चोरी कर अब कौन देखे पिछड़े तुझते कांच पाए सागर नीर देते अगणा दया करो किछ मेर पारो डूबते पत्थर सारे I'm
नंद प्रयासी माय संत गुरु